ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 68 2020 ਐਡੀਸ਼ਨ ਲੈਸਨ 5 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਬਹੁਤ ਪਿਆਰਾ ਲੈਸਨ ਪੜ੍ਹਾਂਗੇ ਜਿਹਦੇ ਵਿੱਚ ਕਿ ਅਸੀਂ ਅਮਰੀਕਾ ਦੇ ਸਿੱਖਾਂ ਦੀ ਹਿਸਟਰੀ ਬਾਰੇ ਸਿੱਖਾਂਗੇ ਠੀਕ ਹੈ ਪਾਠ 5 ਪੰਜਾਬੀਆਂ ਦਾ ਕੈਲੀਫੋਰਨੀਆ ਵਿੱਚ ਇਤਿਹਾਸ ਇਤਿਹਾਸ ਇਸ ਹਿਸਟਰੀ read these words and learn their meanings so eh thode ji okhe shabdn shayad kai tusi jaan de vi hoge par chal apna chance nahi lende asi inna de matlab sikhangge fir asi paragraph padhangge fir tusi questions de answer karoge ede vich asi khayal karna hai ke number 1 ਸਾਡੀ ਰਵਾਨਗੀ ਠੀਕ ਹੋਣੀ ਚਾਹੀਦੀ ਹੈ ਕਿ ਅਸੀਂ ਦੇਖਣਾ ਕਿ ਜਦੋਂ ਅਸੀਂ ਪੜ੍ਹਦੇ ਹਾਂ ਅਸੀਂ ਕਿਵੇਂ ਪਾਜ਼ ਕਰਦੇ ਹਾਂ ਜਿਵੇਂ ਇੰਗਲਿਸ਼ ਵਿੱਚ ਤੁਸੀਂ ਪਾਜ਼ ਕਰਦੇ ਹੋ ਸੈਂਟੈਂਸਸ ਦੇ ਵਿੱਚ রাইਟ ਉਸ ਤਰ੍ਹਾਂ ਅਸੀਂ ਪੰਜਾਬੀ ਵਿੱਚ ਵੀ ਪਾਜ਼ ਕਰਦੇ ਹਾਂ ਤਾਂ ਕਿ ਸਾਡੀ ਸੁਣਨ ਵਾਲੇ ਨੂੰ ਸਮਝ ਆ ਸਕੇ ਅਸੀਂ ਕੀ ਬੋਲ ਰਹੇ ਹਾਂ ਨੰਬਰ 2 ਸਿੱਖਿਆ ਰੱਖਣਾ ਕਿ ਜੋ ਕਜ਼ ਅਸੀਂ ਪੜ ਰਹੇ ਆ ਸਾਨੂੰ ਸਮਝ ਆ ਰਹੀ ਹੈ ਜੇ ਮੁਸ਼ਕਲ ਸ਼ਬਦ ਕੋਈ ਆ ਰਿਹਾ ਨਾ ਤਾਂ ਉਹਨਾਂ ਨੂੰ ਅਸੀਂ ਕਿਵੇਂ ਖਿਆਲ ਰੱਖਣਾ ਉਹਨਾਂ ਦਾ ਕਿਵੇਂ ਅਸੀਂ ਮਤਲਬ ਪਤਾ ਕਰਨਾ ਹੈ ਕਿ ਸੈਂਟੈਂਸ ਦੇ ਵਿੱਚ ਕੀ ਬਣਦਾ ਕਿਉਂਕਿ ਅਲਟੀਮੇਟ ਸਾਡਾ ਪਰਪਸ ਹੈਗਾ ਪੜਨ ਨੂੰ ਸਮਝਣਾ ਤਾਂ ਹੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਕੋਈ ਲੈਂਗੁਏਜ ਆਂਦੀ ਹੈ ਠੀਕ ਹੈ ਚਲੋ ਫਿਰ ਚੱਲਦੇ ਹਾਂ ਪੈਰ ਰੱਖੇ ਪੁਟ ਥੇਅਰ ਫੀਟ ਆਨ ਮੀਨਸ ਸਟੈਪ ਡਾਊਨ ਮਿਹਨਤ ਕਰਦੇ ਵਰਕ ਹਾਰਡ ਬਹੁਤ ਕੰਮ ਕਰਦੇ ਵਰਕਡ ਅ ਲੋਟ ਹਿੰਮਤ ਨਹੀਂ ਹਾਰੀ ਡਿਡਨਟ ਗਿਵ ਅਪ ਪੈੜਾ ਵਤੀਰਾ ਇਸ ਬੈਡ ਬਿਹੇਵੀਅਰ অর ਮਿਸਟਰੀਟਮੈਂਟ ਚੋਰੀ ਕਰ ਲੈਂਦੇ ਸਟੋਲ ਸਰਕਾਰ ਇਸ ਗਵਰਨਮੈਂਟ ਕੰਮੇ ਵਰਕਰਸ ਕੁੱਟ ਦਿੰਦੇ ਬੀਟ ਅਪ ਇਜਾਜ਼ਤ ਪਰਮਿਸ਼ਨ ਮਾਲਕਾਂ ਨੂੰ ਟੂ ਦਾ ਓਨਰਸ ਟੂ ਦਾ ਮਾਸਟਰਸ ਨਾਗਰਿਕ ਸਿਟੀਜ਼ਨ ਅਧਿਕਾਰ রাইਟਸ ਹਾਈਵੇ ਇਸ ਹਾਈਵੇ ਸੜਕ ਠੀਕ ਹੈ ਰੀਡ ਦਾ ਐਸਏ ਆਫਟਰ ਰੀਡਿੰਗ ਫਾਈਂਡ ਥੀਸ ਵਰਡਸ ਐਂਡ ਸਰਕਲ ਥੈਮ ਇਨ ਇਟ ਸੋ ਅਵਲੇਜ ਦੇ ਸ਼ਬਦ ਨੇ ਇਹ ਤੁਸੀਂ ਪੜਨ ਤੋਂ ਬਾਅਦ ਸਰਕਲ ਕਰਕੇ ਇਹਦਾ ਕੀ ਫਾਇਦਾ ਹੋਏਗਾ ਜਦੋਂ ਤੁਸੀਂ ਇਹ ਸ਼ਬਦ ਲੱਭ ਰਹੇ ਹੋਗੇ ਤਾਂ ਤੁਹਾਨੂੰ ਪੰਜਾਬੀ ਦੇ ਸ਼ਬਦਾਂ ਦੀ ਹੋਰ ਵੀ ਜ਼ਿਆਦਾ ਪਛਾਣ ਵਧ ਜਾਈਗੀ ਤੇ ਤੁਸੀਂ ਦੁਬਾਰਾ ਪੜੋਗੇ ਇਹਦੇ ਨਾਲ ਤੁਹਾਡੀ ਪੰਜਾਬੀ ਦੀ ਰੀਡਿੰਗ ਦੀ ਸਪੀਡ ਤੇ ਰੀਡਿੰਗ ਦੀ ਰਵਾਨਗੀ ਤੇ ਰੀਡਿੰਗ ਦੀ ਪ੍ਰੋਫੀਸ਼ੀਐਂਸੀ ਵਧ ਜਾਈਗੀ ਪੰਜਾਬੀਆਂ ਨੇ ਅਮਰੀਕਾ ਦੀ ਧਰਤੀ ਉੱਤੇ 1903 ਵਿੱਚ ਪੈਰ ਰੱਖੇ ਸੋ ਵਨ ਵੀ ਰੀਡ ਦਾ ਈਅਰ ਵੀ ਰੀਡ ਦਾ ਫਰਸਟ ਟੂ ਡਿਜੀਟਸ ਐਂਡ ਦਾ ਲਾਸਟ ਟੂ ਡਿਜੀਟਸ ਸਭ ਤੋਂ ਪਹਿਲਾਂ ਇਹਨਾਂ ਨੇ 700 ਮੀਲ ਲੰਮੀ ਸੜਕ ਬਣਾਈ ਜੋ ਕਿ ਓਕਲੈਂਡ ਤੋਂ ਲੈ ਕੇ ਸਾਲਟ ਲੇਕ ਸਿਟੀ ਤੱਕ ਜਾਂਦੀ ਹੈ ਸੋ ਕੈਲੀਫੋਰਨੀਆ ਦੇ ਓਕਲੈਂਡ ਤੋਂ ਲੈ ਕੇ ਯੂਟਾ ਦੇ ਸਾਲਟ ਲੇਕ ਸਿਟੀ ਤੱਕ ਜਾਂਦੀ ਹੈ ਮੈਪ ਦੇ ਵਿੱਚ ਦੇਖਣਾ ਕਿ ਕਿੰਨੀ ਲੰਮੀ ਸੜਕ ਹੋਏਗੀ ਉਸੜ ਹੁਣ ਉਹ ਸੜਕ ਦਾ ਨਾ ਹਾਈਵੇ 80 ਹੈ ਪੰਜਾਬੀ ਬਹੁਤ ਮਿਹਨਤ ਕਰਦੇ ਬਹੁਤ ਕੰਮ ਕਰਦੇ ਅਤੇ ਉਹਨਾਂ ਨੂੰ ਪੈਸੇ ਵੀ ਕੱਟ ਦਿੱਤੇ ਜਾਂਦੇ ਕਈ ਵਾਰ ਪੰਜਾਬੀਆਂ ਨਾਲ ਬਹੁਤ ਪੈੜਾਵਤੀਰਾ ਕੀਤਾ ਜਾਂਦਾ ਉਹਨਾਂ ਨੂੰ ਕਈ ਵਾਰ ਦੂਸਰੇ ਧਰਮਾਂ ਦੇ ਕੰਮੇ ਕੁੱਟ ਵੀ ਦਿੰਦੇ ਉਹਨਾਂ ਦਾ ਸਮਾਨ ਵੀ ਚੋਰੀ ਕਰ ਲੈਂਦੇ ਪਰ ਪੰਜਾਬੀ ਫਿਰ ਵੀ ਮਿਹਨਤ ਨਾਲ ਕੰਮ ਕਰਦੇ ਰਹਿੰਦੇ ਪੰਜਾਬੀ ਅਮਰੀਕਾ ਵਿੱਚ ਜ਼ਮੀਨ ਜਾਂ ਘਰ ਨਹੀਂ ਖਰੀਦ ਸਕਦੇ ਸਨ ਪਰ ਗੁਰਦੁਆਰੇ ਜਾਂ ਚਰਚ ਬਣਾਉਣ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਸੀ 1912 ਵਿੱਚ ਕੁਝ ਸਿੱਖਾਂ ਨੇ ਸਟਾਕਟਨ ਵਿੱਚ ਪਹਿਲਾ ਗੁਰਦੁਆਰਾ ਬਣਾਇਆ ਪਰ ਅਮਰੀਕਾ ਦੀ ਗਵਰਨਮੈਂਟ ਸਿੱਖਾਂ ਨੂੰ ਕੋਈ ਅਧਿਕਾਰ ਨਹੀਂ ਦੇ ਰਹੀ ਸੀ ਉਹ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਬੁਲਾ ਨਹੀਂ ਸਕਦੇ ਸਨ ਪਰ ਸਿੱਖਾਂ ਨੇ ਹਿੰਮਤ ਨਹੀਂ ਹਾਰੀ ਸਿੱਖ ਫਾਰਮਾਂ ਤੇ ਕੰਮ ਕਰਨ ਲੱਗੇ ਫਾਰਮਾਂ ਦੇ ਮਾਲਕਾਂ ਨੂੰ ਸਿੱਖਾਂ ਦਾ ਕੰਮ ਬਹੁਤ ਪਸੰਦ ਸੀ ਉਹਨਾਂ ਨੂੰ ਕੰਮ ਲਈ ਜ਼ਿਆਦਾ ਪੈਸੇ ਮਿਲਣ ਲੱਗੇ ਸਿੱਖ ਕੰਮੇ ਟੈਂਟਾਂ ਵਿੱਚ ਰਹਿੰਦੇ ਸਨ ਫਾਰਮਾਂ ਦੇ ਮਾਲਕ ਸਿੱਖਾਂ ਦੇ ਕੰਮ ਤੋਂ ਬਹੁਤ ਖੁਸ਼ ਸਨ ਸਿੱਖਾਂ ਨੇ ਫਾਰਮ ਕਰਾਇਤੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਕੰਮ ਕਰਦੇ ਰਹੇ ਮਿਹਨਤ ਕਰਦੇ ਰਹੇ 1946 ਵਿੱਚ ਅਮਰੀਕਨ ਕਾਂਗਰਸ ਨੇ ਬਿੱਲ ਪਾਸ ਕੀਤਾ ਅਤੇ ਸਿੱਖਾਂ ਨੂੰ ਅਮਰੀਕਾ ਦਾ ਨਾਗਰਿਕ ਬਣਨ ਦਾ ਮੌਕਾ ਮਿਲਿਆ ਹੁਣ ਸਿੱਖ ਆਪਣੇ ਫਾਰਮ ਖਰੀਦ ਸਕਦੇ ਸਨ ਅਤੇ ਆਪਣੇ ਪਰਿਵਾਰ ਨੂੰ ਵੀ ਭਾਰਤ ਤੋਂ ਬੁਲਾ ਸਕਦੇ ਸਨ ਸਿੱਖ ਹੁਣ ਸਰਕਾਰ ਵਿੱਚ ਵੀ ਆਉਣ ਲੱਗੇ 1956 ਵਿੱਚ ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਸਿੱਖ ਕਾਂਗਰਸਮੈਨ ਬਣੇ ਹੁਣ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ ਜਾਂ ਫਾਰਮਰ ਪੰਜਾਬੀ ਹਨ ਸਰਦਾਰ ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦਾ ਪੀਚ ਕਿੰਗ ਕਿਹਾ ਜਾਂਦਾ ਹੈ ਠੀਕ ਹੈ ਸੋ ਐਸੀ ਭਾਰਤੀਆਂ ਪੰਜਾਬੀਆਂ ਦਾ ਛੋਟਾ ਜਿਹਾ ਇਤਿਹਾਸ ਇਸ ਐਸੇ ਦੇ ਵਿੱਚ ਇਸ ਲੇਖ ਵਿੱਚ Uh, 279 279 ਵਰਡ ਹੈਗੇ ਨੇ ਤੇ ਤੁਸੀਂ ਇਹਨਾਂ ਨੂੰ ਕਿੰਨੇ ਮਿੰਟ ਵਿੱਚ ਪੜ ਸਕੋਗੇ ਤੁਸੀਂ ਆਪਣਾ ਟਾਈਮਰ ਲਗਾ ਕੇ ਤੇ ਤੁਸੀਂ ਖਿਆਲ ਕਰਨਾ ਤੇ ਹੁਣ ਜਦੋਂ ਅਸੀਂ ਵੀਡੀਓ ਛੱਡਾਂਗੇ ਤਾਂ ਤੁਸੀਂ ਇਹ ਵਾਲੇ ਸ਼ਬਦ ਸਾਰੇ ਇੱਥੋਂ ਲੱਭ ਕੇ ਇਹਦੇ ਵਿੱਚ ਤੇ ਸਰਕਲ ਕਰੋਗੇ ਠੀਕ ਹੈ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਪੂਰੇ ਵਾਕਾਂ ਵਿੱਚ ਲਿਖੋ ਤੇ ਤੁਹਾਨੂੰ ਯਾਦ ਹੈ ਕਿ ਤੁਸੀਂ ਵਾਕਾਂ ਇੱਥੇ ਪ੍ਰਸ਼ਨਾਂ ਦੇ ਵਿੱਚੋਂ ਸ਼ਬਦ ਲੈ ਕੇ ਵਾਕਾਂ ਵਿੱਚ ਵਰਤ ਸਕਦੇ ਹੋ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਕਿੱਥੇ ਅਤੇ ਕਦੋਂ ਬਣਿਆ ਸੋ ਤੁਸੀਂ ਪਿੱਛੇ ਜਵਾਬ ਦੇਖੋਗੇ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਤੁਸੀਂ ਇਹ ਸ਼ਬਦ ਵਰਤ ਸਕਦੇ ਹੋ ਇੱਥੇ ਸਟਾਕਟਨ ਵਿੱਚ ਕਿੱਥੇ ਅਤੇ ਕਦੋਂ 1912 ਵਿੱਚ ਬਣਿਆ ਇਹ ਵੀ ਸ਼ਬਦ ਤੁਸੀਂ ਵਰਤ ਸਕਦੇ ਹੋ ਇੱਥੇ ਠੀਕ ਹੈ ਸੋ ਇਸ ਤਰ੍ਹਾਂ ਤੁਹਾਨੂੰ ਪ੍ਰਸ਼ਨਾਂ ਦੇ ਉੱਤਰ ਲਿਖਣੇ ਸੌਖੇ ਹੋ ਜਾਣਗੇ ਅਮਰੀਕਾ ਵਿੱਚ ਸਿੱਖਾਂ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ ਅਮਰੀਕਾ ਵਿੱਚ ਸਿੱਖਾਂ ਨੇ ਸਭ ਤੋਂ ਪਹਿਲਾ ਕੰਮ ਇਹ ਸ਼ਬਦ ਤੁਸੀਂ ਕਾਪੀ ਕਰਕੇ ਇੱਥੇ ਲਿਖੋਗੇ ਯੂ ਰਿਮੈਂਬਰ ਕੀ ਕੀਤਾ ਸੀ ਉਹਨਾਂ ਨੇ 700 ਲੰਮੀ ਸੜਕ ਬਣਾਈ ਸੀ ਹੈਨਾ ਜਿਹੜੀ ਓਕਲੈਂਡ ਤੋਂ ਸੌਲਟ ਲੇਕ ਸਿਟੀ ਤੱਕ ਜਾਂਦੀ ਹੈ ਸੋ ਤੁਸੀਂ ਦੇਖੋ ਜੇ ਸਾਰੇ ਸ਼ਬਦ ਇੱਥੇ ਨਹੀਂ ਫਿੱਟਾਂਦੇ ਤਾਂ ਨੂੰ ਛੋਟਾ-ਛੋਟਾ ਕਰਕੇ ਥੱਲੇ ਲਿਖਣਾ ਪਏਗਾ ਸੋਮਵਾਰ ਕਰਦਾ ਕੰਮ ਕੈਲੀਫੋਰਨੀਆ ਵਿੱਚ ਪੰਜਾਬੀਆਂ ਦਾ ਇਤਿਹਾਸ ਅਮਰੀਕਾ ਵਿੱਚ ਸਿੱਖਾਂ ਨੂੰ ਅਮਰੀਕਨ ਨਾਗਰਿਕ ਬਣਨ ਦਾ ਹੱਕ ਕਦੋਂ ਮਿਲਿਆ ਯੂ ਰਿਮੈਂਬਰ ਕਦੋਂ ਸਿਟੀਜ਼ਨਸ਼ਿਪ ਦਾ ਰਾਈਟ ਮਿਲਿਆ ਸੀ ਉਹਨਾਂ ਨੂੰ ਉੱਥੇ ਤੁਸੀਂ ਇੱਥੇ ਲਿਖੋਗੇ ਅਮਰੀਕਾ ਵਿੱਚ ਪੰਜਾਬੀਆਂ ਨੂੰ ਕੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਯਾਦ ਹੈ ਕਿ ਉਹਨਾਂ ਨੂੰ ਦੂਸਰੇ ਧਰਮਾਂ ਦੇ ਕੰਮ ਵਿੱਚ ਕਿਸ ਤਰ੍ਹਾਂ ਤੰਗ ਕਰਦੇ ਸੀ ਕਿਸ ਤਰ੍ਹਾਂ ਉਹ ਆਪਣੀ ਜ਼ਮੀਨ ਨਹੀਂ ਖਰੀਦ ਸਕਦੇ ਸੀ ਉਹਨਾਂ ਨੂੰ ਇਜਾਜ਼ਤ ਨਹੀਂ ਸੀ ਕਈ ਕੰਮ ਕਰਨ ਦੀ ਉਹਨਾਂ ਵਿੱਚ ਤੁਸੀਂ ਕੁਝ ਵੀ ਦੋ ਤਿੰਨ ਗੱਲਾਂ ਇੱਥੇ ਲਿਖੋਗੇ ਕੈਲੀਫੋਰਨੀਆ ਦੇ ਪੀਚ ਕਿੰਗ ਦਾ ਨਾਮ ਕੀ ਹੈ ਕੈਲੀਫੋਰਨੀਆ ਦੇ ਪੀਚ ਕਿੰਗ ਦਾ ਨਾਮ ਇੱਥੋਂ ਤੁਸੀਂ ਪੜ੍ਹ ਕੇ ਲਿਖੋਗੇ ਠੀਕ ਹੈ ਦਲੀਪ ਸਿੰਘ ਸੌਂਦ ਕੌਣ ਸਨ ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਸਿੱਖ ਕਾਂਗਰਸਮੈਨ ਸਨ ਰਾਈਟ ਹਾਈਵੇ 80 ਦੇ ਬਾਰੇ ਵਿੱਚ ਤਿੰਨ ਗੱਲਾਂ ਲਿਖੋ ਸੋ ਤੁਸੀਂ ਕੋਈ ਵੀ ਤਿੰਨ ਫੈਕਟ ਉਹਦੇ ਬਾਰੇ ਲਿਖ ਸਕੋ ਇਹ ਤੁਹਾਡਾ ਮੰਡੇ ਦਾ ਕੰਮ ਹੈ ਮੰਗਲਵਾਰ ਦਾ ਕੰਮ ਕੀ ਕਰੋਗੇ ਜਿਹੜੇ ਸ਼ਬਦ ਅਸੀਂ ਔਖੇ ਸਿੱਖੇ ਸੀ ਉਹਨਾਂ ਦੇ ਮਤਲਬ ਲਿਖੇ ਨੇ ਉਹਨਾਂ ਨੂੰ ਤੁਸੀਂ ਕਨੈਕਟ ਕਰੋਗੇ ਲਾਈਨ ਦੇ ਨਾਲ ਠੀਕ ਹੈ ਬੁੱਧਵਾਰ ਗੁਰਮੁਖੀ ਦੇ ਨੰਬਰ ਲਿਖੇ ਨੇ ਤੇ ਨੰਬਰ ਸ਼ਬਦ ਲਿਖੇ ਨੇ ਇਹ ਤੁਸੀਂ ਬੋਲਣੇ ਸਿੱਖੋਗੇ ਪੜ੍ਹਨੇ ਸਿੱਖੋਗੇ ਤੇ ਇੱਥੇ ਦੋ ਵਾਰੀ ਕਾਪੀ ਕਰੋਗੇ 111 111 112 112 ਇਹਦੇ ਕਾਪੀ ਕਰਕੇ ਲਿਖੋਗੇ ਫਿਰ ਬੁੱਧਵਾਰੀ ਕਰੋਗੇ ਰਾਈਟ ਦਾ கரੈਕਟ ਹੈਲਪਿੰਗ ਵਰਬ ਇਨ ਈਚ ਸੈਂਟੈਂਸ ਸੀ ਜਾਂ ਸਨ ਫਾਰਮਾ ਦੇ ਮਾਲਕਾਂ ਨੂੰ ਸਿੱਖਾਂ ਦਾ ਕੰਮ ਬਹੁਤ ਪਸੰਦ ਸੀ ਜਾਂ ਸਨ ਸਿੱਖ ਕਾਮੇ ਟੈਂਟਾਂ ਵਿੱਚ ਰਹਿੰਦੇ ਸੀ ਜਾਂ ਸਨ ਵੀਰ ਵਰਕਰ ਦਾ ਕੰਮ ਟਾਈਮਰ ਸੈੱਟ ਕਰੋ ਇਹ ਲੇਖ ਪੜੋ ਕਿੰਨੇ ਮਿੰਟ ਲੱਗੇ ਤੁਸੀਂ ਇੱਥੇ ਲਿਖੋਗੇ ਠੀਕ ਸੋ ਅੱਜ ਦਾ ਪਾਠ ਐਨ ਆਈ ਸੀ ਸੌਖਾ ਸੀ ਬਹੁਤ ਔਖਾ ਨਹੀਂ ਸੀ ਪਰ ਇੰਪੋਰਟੈਂਟ ਸੀ ਕਿਉਂਕਿ ਤੁਹਾਨੂੰ ਇਹਦੇ ਨਾਲ ਪੰਜਾਬੀਆਂ ਦੀ ਹਿਸਟਰੀ ਦਾ ਪਤਾ ਲੱਗਾ ਸੋ ਮੈਂ ਉਮੀਦ ਕਰਨੀ ਆ ਤੁਸੀਂ ਹਰ ਰੋਜ਼ ਕੁਝ ਮਿੰਟ ਪੰਜਾਬੀ ਤੇ ਬਿਤਾਓਗੇ ਤਾਂ ਕਿ ਤੁਹਾਡੀ ਪੰਜਾਬੀ ਦੀ ਰਵਾਨਗੀ ਪੰਜਾਬੀ ਦੀ ਸਮਝ ਤੇ ਪੰਜਾਬੀ ਬੋਲੀ ਦੀ ਜਾਣਕਾਰੀ ਤੁਹਾਡੀ ਵੱਧ ਸਕੇ ਸੋ ਅਗਲੇ ਲੈਸਨ 'ਚ ਫਿਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ